लकड़ियां है जेड़ा कंडे कुंडे तुसी इकट्ठे किते ए किथों ए की करने जे ए जी बालने आ बालने आ हां जी घर बालन नहीं है नहीं जी ओहो ए जेड़ा बालन लाके जा रहे हां बालन लोका दे घरा सुई गैस दे चूल्हे ने और ओ एक मजदूर बंदा मेहनत कर बंदा जेड़ा वा ओ जांदा जांदा सुखे जेड़े टाणियां ओ ले जांदा वा ओ ले जांदा ताकि मेरे चूल्हे दा बंदोबस्त हो सके बंदोबस्त हो सके अस्सलाम वालेकुम जी वालेकुम सलाम जी किथों आए जे ਅਜੀ ਆਬਾਦੀ ਤੋਂ ਆਇਆ ਬੁਖਾਰੀ ਹੋ ਅੱਛਾ ਤੇ ਇਹ ਲੱਕੜੀਆਂ ਹੈ ਜਿਹੜਾ ਕੰਡੇ ਕੁੰਡੇ ਤੁਸੀਂ ਇਕੱਠੇ ਕੀਤੇ ਇਹ ਕਿੱਥੋਂ ਇਹ ਕੀ ਕਰਨੇ ਜੇ ਇਹ ਜੀ ਬਾਲਨੇ ਆ ਬਾਲਨੇ ਆ ਹਾਂਜੀ ਘਰ ਬਾਲਨ ਨਹੀਂ ਹੈ ਨਹੀਂ ਜੀ ਓਹੋ ਤੇ ਕੀ ਕਰਦੇ ਜੇ ਨਾਈ ਵਾਲਾ ਕੰਮ ਕਰਨੇ ਆ ਨਾਈ ਵਾਲਾ ਕੰਮ ਕਰਦੇ ਨੇ ਜੀ ਅੱਛਾ 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 ਇਹ ਤੁਹਾਡੀ ਜਿਹੜੀ ਉਹ ਵਾਲੀ ਆਪਣੀ ਜੱਦੀ ਪੁਸ਼ਤੀ ਹਾਂਜੀ ਇਹਦੇ ਵਿੱਚ ਅਸਾਰ ਹੁੰਦੇ ਨੇ ਹੈ ਇਹ ਤਾਂ ਹੌਸ ਜਿਹੜਾ ਗੁੱਥੀ ਇਹਨੂੰ ਗੁੱਥੀ ਕਹਿੰਦੇ ਨੇ ਮੈਨੂੰ ਹਾਂਜੀ ਮੈਂ ਅਕਸਰ ਵੇਖਿਆ ਵਾ ਕਿ ਇਹ ਬਹੁਤ ਪੁਰਾਣੀ ਹੁੰਦੀ ਹੈ ਇਹ ਤੁਸੀਂ ਕੋਈ ਯਾਦਗਿਰੀ ਦੇ ਤੌਰ ਤੇ ਆਪਣੇ ਅਬਾਓ ਜਦਾਦ ਦੀ ਰੱਖਦੇ ਜੇ ਜਾਂ ਕਿ ਤੁਹਾਨੂੰ ਵੈਸੇ ਹੀ ਸ਼ੌਕ ਹੁੰਦਾ ਕਿ ਅਸੀਂ ਇਹ ਪਕੜਨੀ ਆ ਇਹ ਜੀ ਸਾਨੂੰ ਯਾਦਗਿਰੀ ਦਾ ਮਤਲਬ ਇਹ ਵੀ ਪਿਓ ਦਾਦੇ ਤੋਂ ਰੱਖ ਕੇ ਨਾ ਅੱਛਾ ਇਹ ਕੰਮ ਚੱਲਿਆ ਹੁੰਦਾ ਹੈ ਅੱਛਾ ਵਾਲਿਦ ਸਾਹਿਬ ਤੁਹਾਡੇ ਵਾਲਿਦ ਸਾਹਿਬ ਵੀ ਇਹੋ ਕੰਮ ਕਰਦੇ ਸੀ ਵਾਲਿਦ ਵੀ ਕਰਦੇ ਸੀ ਦਾਦਾ ਵੀ ਤੇ ਤੁਸੀਂ ਆਪਣੇ ਵਾਲਿਦ ਸਾਹਿਬ ਦੀ ਅਬਾਓ ਅਜਦਾਦ ਦੀ ਜਿਹੜੀ ਆ ਨਾ ਆਪਣਾ ਯਾਦ ਰੱਖੀ ਆ ਹੈ ਇਹ ਜੀ ਹੁੰਦੀ ਸੀ ਤੇ ਮੈਂ ਹੁਣ ਭਾਈ ਤੁਸੀਂ ਕੰਮ ਕਿਉਂ ਨਹੀਂ ਬਦਲਿਆ ਉਹ ਤੇ ਉਹਨਾਂ ਦਾ ਵਕਤ ਸੀ ਉਹਨਾਂ ਦੇ ਵਕਤ 'ਚ ਉਹਨਾਂ ਨੇ ਕਰ ਲਿਆ ਲੇਕਿਨ ਹੁਣ ਤੇ ਆਪਣਾ ਇੰਨੀ ਤਰੱਕੀ ਹੋ ਗਈ ਆ ਹੁਣ ਤੇ ਆਪਣਾ ਸਲੋਨ ਬਣ ਗਏ ਨੇ ਹਮਾਮ ਬਣ ਗਏ ਨੇ ਬੜੇ ਅੱਛੇ ਤਰੀਕੇ ਨਾਲ ਹੁਣ ਆਪਣਾ ਇਹ ਕੰਮ ਹੋ ਰਿਹਾ ਵਾ ਪ੍ਰੋਫੈਸ਼ਨਲ ਤਰੀਕੇ ਨਾਲ ਹੋ ਰਿਹਾ ਵਾ ਹਾਂਜੀ ਹਾਂਜੀ ਹਾਂ ਤੇ ਤੁਸੀਂ ਕਿਉਂ ਨਹੀਂ ਕੀਤਾ ਉਹ ਜੀ ਮਸਲਾ ਇਹ ਜੀ ਕਾਰੋਬਾਰ ਜਿਹੜਾ ਨਾ ਪਿੰਡ ਦੇ ਵਿੱਚ ਕਰਦੇ ਸੀ ਹਾਂ ਬਸ ਨਾ ਉਹ ਵਾਲਿਦ ਹੋਰੀ ਫੌਤ ਹੋ ਗਏ ਮੁੜ ਜ਼ਿੰਮੇਵਾਰੀ ਸੀ ਪਿੰਡ ਦੀ ਅੱਛਾ ਜ਼ਿੰਮੇਦਾਰਾਂ ਦੀ ਸ਼ੇਵਾ ਸ਼ੋਪਾ ਕਰਨੀ ਆਗਾ ਪਿੱਛਾ ਹਾਂ ਉਹ ਜਿਹੜਾ ਜ਼ਿੰਮੇਦਾਰਾਂ ਦੀ ਸ਼ੇਵਾ ਕਰਦੇ ਹੋ ਜੀ ਉਹ ਸਿਸਟਮ ਨੂੰ ਕੀ ਕਹਿੰਦੇ ਹੋ ਉਹ ਜੀ ਆਪਣਾ ਸੇਪੀ ਕਹਿੰਦੇ ਸੇਪੀ ਸੇਪੀ ਅੱਛਾ ਉਹਦੇ ਵਿੱਚ ਜੀ ਮੁੜ ਦਾਣੇ ਦੋਨੇ ਮਿਲਦੇ ਆ ਈਦ ਬਕਰੀਦ ਮਿਲਦੀ ਆ ਅੱਛਾ ਜਦੋਂ ਤੁਹਾਡਾ ਬਾਪ ਕੰਮ ਕਰਦਾ ਸੀ ਜੀ ਅੱਗੋਂ ਮਤਲਬ ਕਿ ਉਹਨਾਂ ਦੀਆਂ ਔਲਾਦਾਂ ਨੂੰ ਤੁਸੀਂ ਹੁਣ ਕਰਦੇ ਜੇ ਹਾਂਜੀ ਅਸੀਂ ਕਰ ਦੇਖੋ ਜੀ ਯਾਨੀ ਕਿ ਨਸਲ ਦਾ ਨਸਲ ਜਿਹੜੀ ਹੈ ਨਾ ਇਹ ਚੀਜ਼ ਜਾਰੀ ਰਹਿੰਦੀ ਆ ਤੇ ਕਿੰਨਾ ਕਮਾ ਲੈਂਦੇ ਜੇ ਇਹ ਜੀ ਜੋ ਨਸੀਬ ਬਣ ਬੱਚਿਆਂ ਦੀ ਰੱਬ ਰੋਜ਼ੀ ਦੇ ਦਿੰਦਾ ਸਾਰਾ ਅੱਛਾ ਤੇ ਤੇ ਤੁਸੀਂ ਖੁਸ਼ ਜੇ ਇਸ ਨਸੀਬ 'ਚ ਅੱਲਾ ਪਾਕ ਦਾ ਸ਼ੁਕਰ ਹੈ ਜੀ ਮੁੜੋਂ ਗੱਲ ਪਈ ਹੈ ਵਜਾਣੀ ਤਾਂ ਹੈ ਨਹੀਂ ਤੇ ਇਹ ਵੀ ਤੇ ਹੋ ਸਕਦਾ ਨਾ ਕਿ ਢੋਲਕੀ ਵਜਾਉਂਦੇ ਆ ਗੁੱਥੀ ਦੀ ਵੀ ਵਜਾਉਂਦੇ ਨਹੀਂ ਜੀ ਉਹ ਹੈ ਨਾ ਅੱਲਾ ਪਾਕ ਜਿਹੜਾ ਨਾ ਰੋਜ਼ੀ ਵੇਚਦਾ ਹੈ ਬੱਚਿਆਂ ਦੀ ਹੈ ਜੀ ਸ਼ੁਕਰ ਅੱਲਾ ਦਾ ਨਹੀਂ ਇਹ ਵੀ ਤੇ ਬੰਦਾ ਆਪਣੇ ਦਿਮਾਗ ਨਾਲ ਸੋਚਦਾ ਨਾ ਕਿ ਇਹਦੇ ਨਾਲ ਮੇਰਾ ਗੁਜ਼ਾਰਾ ਨਹੀਂ ਹੋ ਰਿਹਾ ਤੇ ਮੈਂ ਕੰਮ ਛੱਡ ਕੇ ਕੋਈ ਹੋਰ ਕੰਮ ਕਰ ਲਵਾਂ ਤੇ ਕੋਈ ਬਿਹਤਰ ਤਰੀਕੇ ਨਾਲ ਸ਼ਾਇਦ ਅੱਲਾ ਪਾਕ ਜਿਹੜਾ ਨਾ ਉਹ ਆਪਣਾ ਹੋਰ ਤਰੀਕੇ ਦਾ ਮਤਲਬ ਇਹ ਨਾਲ ਬੱਚੇ ਛੋਟੇ ਨੇ ਹਾਂ ਉਹ ਅਜੇ ਕਰ ਨਹੀਂ ਸਕਦੇ ਹਾਂ ਇਹ ਜ਼ਿੰਮੇਵਾਰੀ ਹੈ ਜਦੋਂ ਬੱਚੇ ਉਡਾਰ ਹੋਏ ਉਦੋਂ ਕੋ ਆਪਦਾ ਕੋ ਹਾਲ ਹੋਰ ਸੋਚ ਬੱਚਿਆਂ ਨੂੰ ਪੜ੍ਹਾ ਰਹੇ ਜੇ ਕੀ ਪੜ੍ਹਦੇ ਆ ਬੱਚਿਆਂ ਨੂੰ ਪੜ੍ਹਾਓਗੇ ਤੇ ਫੇਰ ਹੀ ਬੱਚੇ ਅਗਲੇ ਦਾ ਅਗਲੀ ਨਸਲ ਨੂੰ ਆਪਣਾ ਸਵਾਰਨਗੇ ਨਾ ਹਾਂਜੀ ਹਾਂਜੀ ਹਾਂ ਜੀ ਅੱਛਾ ਤੇ ਘਰ ਦਾ ਸਿਸਟਮ ਫਿਰ ਤੁਸੀਂ ਮੁਤਮਿਨ ਜੇ ਖੁਸ਼ ਜੇ ਘਰ ਦਾ ਸਿਸਟਮ ਸਹੀ ਚੱਲ ਰਿਹਾ ਅੱਲਾ ਦਾ ਸ਼ੁਕਰ ਹੈ ਜੀ ਅੱਲਾ ਦਾ ਸ਼ੁਕਰ ਆ ਦੇਖੋ ਜੀ ਚਾਹੇ ਤੇ ਇੱਕ ਵਕਤ ਦੀ ਰੋਟੀ ਮਿਲਦੀ ਚਾਹੇ ਦੋ ਵਕਤ ਦੀ ਰੋਟੀ ਮਿਲਦੀ ਲੇਕਿਨ ਜਿਹੜਾ ਸ਼ੁਕਰ ਆਂਦਾ ਨਾ ਇਹ ਵਾ ਬੜੀ ਅੱਛੀ ਗੱਲ ਕਿ ਅੱਲਾ ਪਾਕ ਤੇਰਾ ਸ਼ੁਕਰ ਆ ਅੱਛਾ ਚਲੋ ਜੀ ਅੱਲਾ ਪਾਕ ਨੇ ਫਿਰ ਤੁਹਾਡੇ ਵਾਸਤੇ ਲਿਆਓ ਜੀ ਰਾਸ਼ਨ ਲੈ ਕੇ ਆਓ ਇਹਨਾਂ ਵਾਸਤੇ ਅੱਛਾ ਇਹ ਦੱਸੋ ਕਿ ਅੱਜ ਤਾਂ ਬਾਰਿਸ਼ ਹੋਈ ਆ ਬਾਰਿਸ਼ ਹੋਈ ਹੈ ਨਾ ਹਾਂਜੀ ਤੇ ਬਾਰਿਸ਼ ਵਿੱਚ ਤੁਹਾਡੀ ਦਿਹਾੜੀ ਲੱਗ ਗਈ ਆ ਉਹ ਜੀ ਕਿ ਨਹੀਂ ਲੱਗੀ ਅੱਜ ਸਾਰਾ ਦਿਨ ਕੋਈ ਦਿਹਾੜੀ ਸਾਰਾ ਜੀ ਦਿਹਾੜੀ ਦਾ ਸਿਸਟਮ ਨਹੀਂ ਹੁੰਦਾ ਇਹਨਾਂ ਦਿਹਾੜੀ ਦਾ ਸਿਸਟਮ ਨਹੀਂ ਹੁੰਦਾ ਹਾਂਜੀ ਇਹਨਾਂ ਹਰ ਰੋਜ਼ ਆਣਾ ਪਿੰਡ 'ਚ ਹਾਂ ਜਿੱਥੇ ਜਿੱਥੇ ਜਿਹਦੇ ਵਾਲ ਵਧੇ ਆ ਉਹਨੇ ਮੁੰਨੀ ਜਾਣੇ ਨੇ ਚਲੋ ਮੇਰਾ ਮਤਲਬ ਇਹਦੀ ਸ਼ੇਵ ਕਰਤੀ ਇਹਦੇ ਨੌ ਲਾਤੇ ਹਾਂਜੀ ਮੇਰਾ ਮਤਲਬ ਇਹ ਹੈ ਕਿ ਅੱਜ ਕਿਸੇ ਦਾ ਕੰਮ ਕੀਤਾ ਕਿਸੇ ਬੱਚੇ ਦਾ ਕਿਸੇ ਪਿੰਡ ਜਾ ਕੇ ਕੋਈ ਦਿਹਾੜੀ ਬਣ ਜੀ ਫੌਜੀ ਹੋਈ ਸੀ ਹਾਂ ਉਹਨਾਂ ਦੀ ਰੋਟੀ ਆ ਪਕਾਈ ਆ ਅੱਛਾ ਪਕਾ ਕੇ ਉਦੋਂ ਆਇਆ ਅੱਛਾ ਇੱਕ ਬੰਦਾ ਸੀ ਬਿਮਾਰ ਹੁੰਦੀ ਸ਼ੇਵ ਕਰਨ ਵਾਸਤੇ ਆਇਆ ਅੱਛਾ ਜੀ ਕਰਕੇ ਹੁਣ ਵਾਪਸੀ ਚੱਲਾ ਸੀ ਅੱਛਾ ਤੇ ਕਿੰਨੇ ਜੇਬ 'ਚ ਪੈਸੇ ਲਿਆਂਦੇ ਕੋਈ ਨਹੀਂ ਜੇਬ 'ਚੋਂ ਪੈਸੇ ਨਹੀਂ ਮਿਲੇ ਉਹਨਾਂ ਨਹੀਂ ਦਿੱਤੇ ਨਹੀਂ ਦਿੱਤੇ ਦੇਖੋ ਕਿ ਮਿਹਨਤ ਵੀ ਕੀਤੀ ਆ ਮਜ਼ਦੂਰੀ ਵੀ ਕੀਤੀ ਆ ਲੇਕਿਨ ਫਿਰ ਵੀ ਜੇਬ ਖਾਲੀ ਆ ਹਾਂ ਬਾਰ ਵਕਤ ਪੈਸੇ ਨਹੀਂ ਮਿਲੇ ਬਾਰ ਵਕਤ ਮਜ਼ਦੂਰੀ ਨਹੀਂ ਮਿਲੀ ਤੇ ਇਹ ਲਓ ਫਿਰ ਇਹ ਮੇਰੇ ਅੱਲਾ ਪਾਕ ਦੀ ਬਰਕਤ ਆਈ ਜੇ ਤੁਹਾਡੇ ਵਾਸਤੇ ਇਹ ਲਓ ਇਹ ਕਿੰਨੀ ਬੜੀ ਦਿਹਾੜੀ ਆ ਗਈ ਅੱਲਾ ਪਾਕ ਭੇਜਣ ਵਾਲਾ ਇਹ ਪਕੜੋ ਕੀ ਗੱਲ ਜੇ ਇਹ ਜਾਲੀ ਨਹੀਂ ਜੇ ਇਹ ਅਸਲੀ ਜੇ ਹਾਂਜੀ ਇਹ ਬਿਲਕੁਲ ਅਸਲੀ ਜੇ ਹਾਂ ਇਹ ਕਿੰਨੇ ਆ ਪਤਾ ਨਹੀਂ ਜਿਹੜੇ ਵੀ ਹੁਣ ਤੁਸੀਂ ਦੇ ਦਿੱਤੇ ਬਸ ਨਹੀਂ ਪਤਾ ਨਹੀਂ ਜੀ ਨਹੀਂ ਇਹ 10,000 ਆ ਜੀ ਇਹ ਮੇਰੇ ਅੱਲਾ ਪਾਕ ਦੀ ਤਰਫੋਂ ਆ ਤੁਹਾਡੇ ਵਾਸਤੇ ਜੀ ਹਾਂਜੀ
तो अल्लाह पाक का शुक्र अदा करो कि जो दिहाड़ी नहीं बनती, जो कोई वसीला नहीं बनता, तो फिर अल्लाह पाक की जात बनाती है। जरा तुम शुक्र किया ना कि अल्लाह पाक का शुक्र आ, तो यह अल्लाह पाक की बरकत आई है। दादा जी देखो मौसम खराब हो गया, ਅਸੀਂ ਇਸ ਨੀਜੇ ਨਾਲ ਬਾਹਰ ਨਿਕਲੇ ਸਾਂ, ਉਹ ਲੋਕ ਦੇਖੀਏ ਜਿਹੜੇ ਮਿਹਨਤ ਕਰਦੇ ਨੇ ਲੇਕਿਨ ਕਿਸੇ ਅੱਗੇ ਹੱਥ ਨਹੀਂ ਫੈਲਾਉਂਦੇ। ਇਹ ਤੁਸੀਂ ਦੇਖਿਆ ਕਿ ਇਹ ਜਿਹੜੀ ਥੋੜ੍ਹੇ ਆ ਨੂੰ ਨਜ਼ਰ ਆ, ਇਹ ਜਿਹੜਾ ਬਾਲਣ ਲੈ ਕੇ ਜਾ ਰਿਹਾ ਵਾ, ਬਾਲਣ ਲੋਕਾਂ ਦੇ ਘਰਾਂ ਸੂਈ ਗੈਸ ਦੇ ਚੁੱਲ੍ਹੇ ਨੇ, ਔਰ ਉਹ ਇੱਕ ਮਜ਼ਦੂਰ ਬੰਦਾ ਮਿਹਨਤ ਕਰ ਬੰਦਾ ਜਿਹੜਾ ਵਾ ਉਹ ਜਾਂਦਾ ਜਾਂਦਾ ਸੁੱਕੇ ਜਿਹੜੇ ਟਾਹਣੀਆਂ ਉਹ ਵੀ ਲੈ ਜਾਂਦਾ ਵਾ, ਤਾਂ ਕਿ ਮੇਰੇ ਚੁੱਲ੍ਹੇ ਦਾ ਬੰਦੋਬਸਤ ਹੋ ਸਕੇ, ਬੰਦੋਬਸਤ ਹੋ ਸਕੇ। ਹਰ ਰੋਜ਼ ਕਿਤੋਂ ਪੈਸੇ ਨਹੀਂ ਮਿਲਦੇ, ਕਿਦਾਂ ਗੁਜ਼ਾਰਾ ਕਰਨਾ, ਕਦੀ ਆਂਡਾ ਭੁੰਨ ਕੇ, ਕਦੀ ਮਰਚਾਂ ਰੋਟੀ ਖਾ ਲਈ, ਕਦੀ ਅਚਾਰ ਨਾ ਖਾ ਲਈ, ਤੇ ਮਿਹਨਤ ਕਰਦੇ ਨੇ। ਕਦੀ ਇਸ ਤਰ੍ਹਾਂ ਵੀ ਹੋਇਆ ਜੇ ਕਿ ਕੁਝ ਵੀ ਨਹੀਂ ਹੋਇਆ ਤਾਂ ਫਿਰ ਤੁਸੀਂ ਰੋਟੀ ਕਦ ਨਾ ਖਾਂਦੇ ਜੇ ਕੋਈ ਪਿਆਜ ਪਿਊਜ ਤੜਕ ਕੇ ਕੋਈ ਮਿਰਚਾਂ ਪਾ ਕੇ ਉਹਦਾ ਗੁਜ਼ਾਰਾ ਕਰ ਲੈਂਦੇ ਨੇ। ਚਲੋ ਜੀ ਜਿਉਂਦੇ ਵਾਸਤੇ ਰਹੋ, ਅੱਲਾਹ ਪਾਕ ਤੁਹਾਡੇ ਵਾਸਤੇ ਆਸਾਨੀਆਂ ਕਰੇ, ਤੇ ਅੱਲਾਹ ਹਾਫਿਜ਼। ਅੱਲਾਹ ਪਾਕ ਤੁਹਾਨੂੰ ਸਭ ਤੋਂ ਬਹੁਤ ਸ਼ੁਕਰੀਆ।